ਦੀ ਲਿਸਟ ਲੈ ਕੇ ਮੈਂ ਆਇਆ ਸੀ, ਕਮਿਸ਼ਨਰ ਸਾਹਿਬ ਨੂੰ ਨਾਲ ਲਿਆ ਔਰ 30-35 ਮੈਂ ਦੇਖੀਆਂ ਆਪ। ਕਿਸੇ ਇੱਕ ਦੀ ਉਸਾਰੀ ਦੇ ਲਈ ਕਿਸੇ ਅਫਸਰ ਦੇ ਕੋਲ ਕੋਈ ਜਵਾਬ ਨਹੀਂ ਸੀ। ਇੱਕ ਥਾਂ ਦੇ ਉੱਤੇ ਮੈਨੂੰ ਕਿਸੇ ਅਫਸਰ ਨੇ ਕਿਹਾ ਜੀ ਵੀ ਅਸੀਂ ਡੈਮੋਲੀਸ਼ਨ ਆਰਡਰ ਕਰਨੀ ਸੀ। ਮੈਂ ਕਿਹਾ ਕੀਤੀ, ਅਗੇ 3 ਚੋਂ 1 ਚ ਕੀਤੀ। ਜਦੋਂ ਜਾ ਕੇ ਦੇਖਿਆ 2 ਇੱਟਾਂ ਸਾਈਡ ਦੇ ਉੱਤੇ ਕੀਤੀਆਂ ਹੋਈਆਂ ਸੀ, ਸਾਰੀਆਂ ਬਿਲਡਿੰਗਾਂ ਉਵੇਂ ਖੜੀਆਂ ਸੀ। ਇਹ ਡਰਾਮਾ ਕਰਦੇ ਆ। ਦੇਖੋ, ਅਸੀਂ ਸਭ ਦਾ ਵਿਕਾਸ ਚਾਹੁੰਦੇ ਆ, ਲੇਕਿਨ ਚੋਰੀ ਮੇਰੇ ਡਿਪਾਰਟਮੈਂਟ 'ਚ ਮੈਂ ਬਰਦਾਸ਼ਤ ਨਹੀਂ ਕਰਦਾ। ਔਰ ਇਹ 20 ਏਕੜ ਦੀ ਥਾਂ ਹੈ, 15 ਤੋਂ 20 ਏਕੜ ਥਾਂ ਹੋਊਗੀ, ਇਹਦੀ ਕੋਈ ਪਰਮਿਸ਼ਨ ਨਹੀਂ, ਇਹਦੀ ਕੋਈ CLU ਨਹੀਂ ਲਿੱਤਾ ਗਿਆ, ਇਹਦਾ ਕੋਈ ਉਸਾਰੀ ਸਰਟੀਫਿਕੇਟ ਨਹੀਂ ਔਰ ਇਹ 20 ਏਕੜਾਂ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਤੇ 4 ਕੰਸਟਰਕਸ਼ਨਾਂ ਕਰਕੇ ਇਹ ਕਹਿਣਗੇ ਜੀ ਹੁਣ ਇਹਨੂੰ ਲੀਗਲ ਕਰ ਦਿਓ। ਖਤਮ ਹੋ ਜਾਊਗਾ ਪਲਾਨ ਡਿਵੈਲਪਮੈਂਟ, ਖਤਮ ਹੋ ਜਾਊਗੀ ਪੰਜਾਬ ਦੇ ਵਿੱਚ, ਇਹ ਸੂਬਾ ਬਰਬਾਦ ਹੋ ਜਾਊਗਾ। ਇਸ ਕਰਕੇ ਮੈਂ ਅੱਜ 8 ਬੰਦੇ ਸਸਪੈਂਡ ਕਰ ਰਿਹਾ। ਸਭ ਤੋਂ ਪਹਿਲਾਂ ਜਿਹਦੀ ਜ਼ਿੰਮੇਵਾਰੀ ਸੀ MTP ਮਿਹਰਬਾਨ ਸਿੰਘ ਜੀ, ਮੈਂ ਉਹਨਾਂ ਤੇ ਮਿਹਰਬਾਨੀ ਕਰ ਰਿਹਾ ਹਾਂ। ਹੀ ਸਸਪੈਂਡਡ